ਨਰਿੰਦਰ ਮੋਦੀ ਇਨ ਫਰਾਂਸ ਭਾਰਤ ਦੇ ਪ੍ਰਧਾਨ ਮੰਤਰੀ ਦਾ ਫਰਾਂਸ ਦੌਰਾ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ ਆ ਕਿਉਂ ਇੰਨਾ ਅਹਿਮ ਆ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਆ ਸੋ ਵੀਰੋ ਪੋਖਰਨ ਜਦੋਂ ਭਾਰਤ ਦੇ ਵਿੱਚ ਹੋਇਆ ਸੀ ਉਸ ਸਮੇਂ ਭਾਰਤ ਦਾ ਸਾਥ ਦੇਣ ਵਾਲਾ ਇਕਲੌਤਾ ਪੱਛਮੀ ਦੇਸ਼ ਸੀਗਾ ਫਰਾਂਸ ਮੋਦੀ ਜਿਹੜੇ ਆ ਉਥੇ ਨੈਸ਼ਨਲ ਡੇ ਦੇ ਉੱਪਰ ਜਾਣ ਵਾਲੇ ਦੂਸਰੇ ਪੀਐਮ ਆ ਤੇ ਬਹੁਤ ਅਹਿਮ ਆ ਇਹ ਦੌਰਾ ਪੀਐਮ ਨਰਿੰਦਰ ਮੋਦੀ ਮੰਗਲਵਾਰ ਨੂੰ ਦੋ ਦਿਨ ਦੇ ਦੌਰੇ ਦੇ ਉੱਤੇ ਫਰਾਂਸ ਜਿਹੜੇ ਉਹ ਰਵਾਨਾ ਹੋ ਗਿਆ 14 ਸਾਲ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਫਰਾਂਸ ਦੇ ਨੈਸ਼ਨਲ ਡੇ ਪਰੇਡ ਦੇ ਵਿੱਚ ਸ਼ਾਮਲ ਹੋਏਗਾ ਇਸ ਤੋਂ ਪਹਿਲਾਂ 2009 ਦੇ ਵਿੱਚ ਭਾਰਤੀ ਪੀਐਮ ਮਨਮੋਹਨ ਸਿੰਘ ਜੀ ਜਿਹੜੇ ਉਹਨਾਂ ਨੇ ਇਸ ਕਾਰਜਕ੍ਰਮ ਦੇ ਵਿੱਚ ਜਿਹੜੀ ਉਹ ਸ਼ਿਰਕਤ ਕੀਤੀ ਸੀਗੀ ਹਿੱਸਾ ਲਿਆ ਸੀ ਸੋ ਉਹ ਐਸੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਨੂੰ ਫਰਾਂਸ ਨੇ ਨੈਸ਼ਨਲ ਡੇ ਪਰੇਡ ਦੇ ਵਿੱਚ ਜਿਹੜਾ ਉਹ ਬੁਲਾਇਆ ਸੀ 1988 ਦੇ ਵਿੱਚ ਭਾਰਤ ਨੇ ਪੋਖਰਨ ਦੇ ਵਿੱਚ ਪਰਮਾਣੂ ਪ੍ਰੀਖਣ ਕੀਤਾ ਤੇ ਅਮਰੀਕਾ ਦੇ ਬਾਕੀ ਜਿਹੜੇ ਪੱਛਮੀ ਦੇਸ਼ ਆ ਉਹਨਾਂ ਨੇ ਭਾਰਤ ਦੇ ਉੱਪਰ ਕਈ ਪਾਬੰਦੀਆਂ ਲਗਾਤੀਆਂ ਉਸ ਵੇਲੇ ਫਰਾਸ ਪੱਛਮ ਦਾ ਇੱਕ ਇਕਲੌਤਾ ਐਸਾ ਦੇਸ਼ ਸੀ ਜਿਸ ਨੇ ਭਾਰਤ ਦਾ ਸਮਰਥਨ ਕੀਤਾ ਸੋ ਇਹੀ ਉਹ ਦੌਰ ਸੀ ਜਦੋਂ ਦੋਨੋਂ ਮੁਲਕਾਂ ਦੇ ਵਿੱਚ ਜਿਹੜੀ ਉਹ ਦੋਸਤੀ ਸ਼ੁਰੂ ਹੋ ਗਈ ਸੋ ਹੁਣ ਨਰਿੰਦਰ ਮੋਦੀ ਜਿਹੜੇ ਉਹ ਜਾ ਰਹੇ ਆ ਆਖਰ ਕਿਉਂ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਉੱਭਰਦੀ ਜਿਹੜੀ ਅਰਥਵਿਵਸਥਾ ਦੇ ਵਿੱਚ ਇੱਕ ਆ ਭਾਰਤ ਦੀ ਇਕਨੋਮੀ 3.75 ਅस्ट्रेलियन ਡਾਲਰ ਦੀ ਹਾਤੇ ਫ्रांस ਇੱਕ ਵਿਕਸਿਤ ਅਰਥਵਿਵਸਥਾ ਆ ਸੋ ਐਸੇ ਵਿੱਚ ਦੋਨੋਂ ਦੇਸ਼ਾਂ ਨੂੰ ਇੱਕ ਦੂਸਰੇ ਦੀ ਜਿਹੜੀ ਉਹ ਲੋਡ ਪਏਗੀ ਫ्रांस ਦੇ ਜਿਹੜੇ ਤੁਸੀਂ ਕਹਿ ਲਓ ਮਿਨਿਸਟਰੀ ਆ ਉਹਨਾਂ ਨੇ ਆਪਣੇ ਫਾਇਦੇ ਦੇ ਲਈ ਜਿਹੜਾ ਆ ਉਹਨਾਂ ਨੂੰ ਬੁਲਾਇਆ ਆ ਕਿਉਂਕਿ ਜਿਹੜਾ ਐਸ ਆਈ ਪੀ ਆਰ ਆਈ ਉਹਦੇ ਮੁਤਾਬਕ ਭਾਰਤ ਨੇ ਜਿਹੜਾ ਉਹ ਤੁਸੀਂ ਹਰ ਜਗ੍ਹਾ ਤੇ ਦੇਖ ਰਹੇ ਹੋਣਗੇ ਕਿ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਖਰੀਦਦਾਰ ਬਣ ਰਿਹਾ ਆ ਤੇ ਫਰਾਂਸ ਜਿਹੜਾ ਆ ਉਹ ਦੁਨੀਆ ਦਾ ਤੀਸਰਾ ਸਭ ਤੋਂ ਜ਼ਿਆਦਾ ਹਥਿਆਰ ਵੇਚਣ ਵਾਲਾ ਜਿਹੜਾ ਉਹ ਮੁਲਕ ਆ 2018 ਤੋਂ 2022 ਤੱਕ ਜਿਹੜਾ ਭਾਰਤ ਨੇ 20 ਤੋਂ 30% ਹਥਿਆਰ ਜਿਹੜੇ ਉਹ ਫਰਾਂਸ ਤੋਂ ਹੀ ਖਰੀਦੇ ਆ ਸੋ ਸਾਲਾਨਾ ਭਾਰਤ ਤੇ ਫਰਾਂਸ ਦੇ ਵਿੱਚ ਲਗਭਗ 97000 ਕਰੋੜ ਰੁਪਏ ਦਾ ਜਿਹੜਾ ਉਹ ਟ੍ਰੇਡ ਆ ਫਰਾਂਸ ਤੇ ਜਿਹੜਾ ਭਾਰਤ ਆ ਉਹ ਕਈ ਸਾਰੇ ਮੁੱਦਿਆਂ ਦੇ ਉੱਤੇ ਇੱਕ ਦੂਸਰੇ ਦਾ ਜਿਹੜਾ ਉਹ ਸਹਿਯੋਗ ਚਾਹੁੰਦੇ ਆ ਜਿਵੇਂ ਕਿ ਯੂ ਐਨ ਐਸ ਸੀ ਦੇ ਵਿੱਚ ਬਦਲਾਵ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਯਾਨੀ ਯੂ ਐਨ ਐਸ ਸੀ ਦੇ ਵਿੱਚ ਫਰਾਂਸ 28th ਸੀਆ ਭਾਰਤ ਲੰਬੇ ਸਮੇਂ ਤੋਂ ਯੂ ਐਨ ਐਸ ਸੀ ਦੇ ਵਿੱਚ ਬਦਲਾਵ ਦੀ ਮੰਗ ਕਰਦਾ ਆ ਭਾਰਤ ਦਾ ਮੰਨਣਾ ਆ ਕਿ ਯੂ ਐਨ ਦੇ ਜਿਹੜੇ ਵਧਣ ਤੋਂ ਬਾਅਦ ਦੁਨੀਆ ਦੇ ਵਿੱਚ ਕਾਫੀ ਬਦਲਾਵ ਆ ਗਏ ਐਸੇ ਦੇ ਵਿੱਚ ਦੁਨੀਆ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਦੇ ਵਿੱਚ ਬਦਲਾਵ ਜਿਹੜਾ ਉਹ ਜ਼ਰੂਰੀ ਆ ਸੋ ਇਹਦੇ ਲਈ ਜਿਹੜਾ ਫਰਾਂਸ ਆ ਉਹਨੇ ਭਾਰਤ ਦਾ ਪੱਖ ਲਿਆ ਆ ਦੂਸਰਾ ਮੁੱਦਾ ਆ ਜੀ ਮਲਟੀਪੋਲਰ ਦੁਨੀਆ ਦੀ ਚਾਹਤ ਭਾਰਤ ਦੀ ਤਰ੍ਹਾਂ ਫਰਾਂਸ ਵੀ ਮਲਟੀਪੋਲਰ ਵਰਲਡ ਦਾ ਜਿਹੜਾ ਸਮਰਥਕ ਆ ਇਹਦਾ ਮਤਲਬ ਇਹ ਹੋਇਆ ਕਿ ਦੇਸ਼ ਦੁਨੀਆ ਦੇ ਵਿੱਚ ਕਿਸੇ ਇੱਕ ਦੇਸ਼ ਦਾ ਜਿਹੜਾ ਦਬਦਬਾ ਉਹ ਕਾਇਮ ਨਹੀਂ ਹੋਣਾ ਚਾਹੀਦਾ ਇਹਦਾ ਤਾਜ਼ਾ ਉਦਾਹਰਣ ਤੁਸੀਂ ਦੇਖਿਆ ਹੀ ਆ ਚੀਨ ਤੇ ਅਮਰੀਕਾ ਦੇ ਖਿਲਾਫ ਜਿਹੜਾ ਫਰਾਂਸ ਦਾ ਸਟੈਂਡ ਆ ਸੋ ਨਾਟੋ ਦਾ ਮੈਂਬਰ ਹੋਣ ਦੇ ਬਾਵਜੂਦ ਫਰਾਂਸ ਨੇ ਸਾਫ਼ ਕਹਿਤਾ ਹੈ ਕਿ ਚੀਨ ਤੇ ਅਮਰੀਕਾ ਦੇ ਉਹ ਇਸ਼ਾਰਿਆਂ ਤੇ ਨਹੀਂ ਚੱਲੇਗਾ ਤੀਸਰਾ ਮੁੱਦਾ ਹੈ ਜੀ ਡਿਫੈਂਸ ਦੇ ਵਿੱਚ ਸਾਂਝੇਦਾਰੇ ਯੂਕਰੇਨ جنگ ਦੇ ਜਿਹੜੀ ਉਹ ਚੱਲੀ ਉਸ ਤੋਂ ਬਾਅਦ ਭਾਰਤ ਹਥਿਆਰਾਂ ਨੂੰ ਲੈ ਕੇ ਰੂਸ ਦੇ ਉੱਪਰ ਆਪਣੀ ਨਿਰਭਰਤਾ ਘਟਾ ਕਰਨਾ ਚਾਹੁੰਦਾ ਆ ਸੋ ਇਹਦੇ ਲਈ ਉਹ ਰਸਤੇ ਤਲਾਸ਼ ਰਿਹਾ ਹੈ ਤੇ ਕਿਸੇ ਇੱਕ ਦੇਸ਼ ਦੇ ਉੱਤੇ ਨਿਰਭਰ ਰਹਿਣ ਦੀ ਬਜਾਏ ਭਾਰਤ ਜਿਹੜਾ ਅਲੱਗ-ਅਲੱਗ ਦੇਸ਼ਾਂ ਤੋਂ ਵੱਖ-ਤਰ ਹਥਿਆਰ ਜਿਹੜੇ ਉਹ ਆਪਣੀ ਸੈਨਾ ਦੇ ਲਈ ਖਰੀਦਣਾ ਚਾਹੁੰਦਾ ਆ ਪੀਐਮ ਮੋਦੀ ਦੇ ਅਮਰੀਕਾ ਦੌਰੇ ਦੇ ਉੱਪਰ ਭਾਰਤ ਨੇ ਐਮਕਯੂ 9 ਡਰੋਨ ਦੀ ਡੀਲ ਕੀਤੀ ਆ ਤੇ ਜਰਮਨ ਦੇ ਨਾਲ 6 ਪੰਡੂਬੀਆਂ ਬਣਾਉਣ ਦਾ ਸਮਝੌਤਾ ਜਿਹੜਾ ਉਹ ਮੰਨਿਆ ਜਾ ਰਿਹਾ ਹੈ ਕਿ ਹੋ ਜਾਏਗਾ ਫਰਾਸਤ ਤੋ ਭਾਰਤ ਨੇ 36 ਰਾਫੈਲ ਜੈਡ ਜਿਹੜੇ ਉਹ ਲਏ ਆ ਪੀਐਮ ਮੋਦੀ ਦੀ ਫਰਾਂਸ ਵਿਜਿਟਰ ਦੌਰਾਨ 26 ਹੋਰ ਰਾਫੈਲ ਦੀ ਕੋਸ਼ਿਸ਼ਾਂ ਜਿਹੜੀ ਹੋ ਸਕਦੀ ਆ ਇਹਨਾਂ ਨੂੰ ਭਾਰਤੀਆ ਨੌ ਸੈਨਾ ਦੇ ਲਿਖਰੀਦਿਆ ਜਾ ਸਕਦਾ ਆ ਤੇ ਭਾਰਤ ਦੀ ਜਿਹੜੀ ਮਜਗਾਉ ਡਕ ਯਾਰਟਸ ਲਿਮਟਿਡ ਯਾਨੀ ਐਮਡੀਐਲ ਨੂੰ ਜਿਹੜਾ ਫਰਾਂਸ ਦਾ ਜਿਹੜਾ ਉਹ ਸਹਿਯੋਗ ਦੇ ਨਾਲ ਤਿੰਨ ਤੇ ਸਕੋਰਪੀਅਨ ਕਲਾਸ ਅਟੈਕ ਸਬਮਰੀਨ ਸਬਮਰੀਨ ਬਣਾਉਣ ਦਾ ਜਿਹੜਾ ਉਹ ਮੌਕਾ ਮਿਲ ਸਕਦਾ ਆ ਸੋ ਭਾਰਤ ਦੇ ذریعے ਇੰਡੋ ਪੈਸਿਫਿਕ ਦੇ ਵਿੱਚ ਵੀ ਮੌਜੂਦਗੀ ਦਰਜ ਕਰਵਾਉਣਾ ਚਾਹੁੰਦਾ ਆ ਫਰਾਂਸ ਭਾਰਤ ਨੂੰ ਲੈ ਕੇ ਫਰਾਂਸ ਦਾ ਸਟੈਂਡ ਦੂਸਰੇ ਪੱਛਮੀ ਦੇਸ਼ਾਂ ਦੇ ਜੇਕਰ ਅਸੀਂ ਦੇਖਿਆ ਜਾਏ ਤਾਂ ਉਹ ਤੋਂ ਅਲੱਗ ਆ ਤੇ ਹੁਣ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ ਤੇ ਬਹੁਤ ਵੱਡਾ ਦੌਰ ਆ ਪੂਰੀ ਦੁਨੀਆ ਦੇ ਵਿੱਚ ਖਬਰਾਂ ਚੱਲ ਨਹੀਂ ਆ ਆ ਤੇ ਜੇਕਰ ਕੋਆ ਪੋਸੀਬਲ ਤੇ ਮੈਂ ਵੀ ਜਿਹੜਾ ਉਹ ਕਵਰ ਕਰਨ ਜਾਊਗਾ ਜੇ ਮੌਕਾ ਮਿਲਿਆ ਤਾਂ ਤੇ ਬਾਕੀ ਤੁਸੀਂ ਦੇਖਦੇ ਰਹਿਓ ਅਪਡੇਟਸ ਬਹੁਤ ਆਣੀਆਂ